अज ना मैं तुहानू अपनी गल सुणाना। हुण शुरू शुरू तो जिहड़ा ना प्रदेश दे विच काफ़ी परेशानियां होंदियां ने। इत्थे दा जिहड़ा मामला ना, मैं अज तुर गया ब्रेशिया, ब्रेशिया गया ते उत्थे जा के ना साइकिल लियाउणी सी। अच्छा। ते इत्थे पता जे बस विच साइकिल नहीं रखण दिंदे, तो बस वाले नूं आख्या भाई साइकिल रखनी है। तो मुड़ा जिहड़ा ना पिछों ही, मैं मुड़े नूं आख्या बस च रख के मैं लै जाणा स्टेशन ते कित्थे अद्धा घंटा घंटा साइकिल चलांदा जाण दा। अच्छा। ते मुड़ा अगों ना त्रै चार किलो का सिर जिहड़ा ना आखे नहीं नहीं, मैं आख्या कुछ नहीं होंदा, बस वाले नहीं की तो वक्री गल, तू ना नहीं कर। ठीक है। कहिंदा नहीं, उन्हें नहीं खड़न देनी, मना में। मैं आख्या ठीक। तो मैं आख्या कोशिश तो करिए ना, कम से कम ट्राई तो मारिए, मत कम हो जाए। कहिंदा नहीं होना। मैं वह तेरी नहीं जड़ी ना साढ़े सिरे चल जानी है। खैर गल मुतसर करने, बस स्टॉप से आए साइकिल लैके, बस वाला आया, बस वाले आख्या वह साइकिल लैके जानी है। कहिंदा नहीं भाई। मैं क्या लै भाई ये तो कम खराब हो गया। फिर मुड़ा दूजा आखते यार इन जान दो, दूसरी बस आती तो ट्राई मारने। दूसरा बस वाला हों भी अगू नहीं करता जवाब ही, भाई जवाब है गल तो बड़ी खराब है, बसा वाले जवाब दे जाते हैं, गल नहीं पी बनती। मैं फिर मुड़िया आखना भाई सही है, तुम हूँ जाओ बस से बह के, तो मैं साइकिल पुला पुला चला स्टेशन तो लै जाना वा, तो अगू ट्रेन तो रख के लै जाता। तो मुड़े आते हैं चल ठीक है। फिर वो जरा दूजा मुड़ा सी ना नाल, वो आंदा नहीं नहीं ये साइकिल आई बस ही रख के खड़ना, जिद कर गए। मैं क्या चलो कोशिश कर लो, मैं जाना मैं टुर जाना। आंदे नहीं, एक बार मैं ट्राई मारन दे। वो फिर ट्राई इंज बजी भाई, वो आंदा मैं साइकिल लैके वड़ना तो तू फिर हूँ जावी नाल। मैं चलो मैं इंज कर ला दे। मैं लादा जी बस वाले जरा अगला दरवाजा ना उतो एंटर हो, बस वाले आंदा वा टिकट है ही, यू हैव टिकट। ਉਹਦਾ ਨੋ ਨੋ ਫਿਨਿਸ਼ ਟਿਕਟ। ਮੈਂ ਆਖਿਆ ਵੜ ਗਿਆ ਬਾਈ ਇਹ ਵੀ ਹੁਣ ਪੰਗਾ ਹੀ। ਫਿਰ ਮੈਂ ਬਟਵੇ ਵਿੱਚ ਉਹਨੇ ਇੱਕ ਟਿਕਟ ਕੱਢੀ, ਉਹ ਕੁਦਰਤੀ ਪੁਰਾਣੇ ਵਕਤਾਂ ਦੀ ਨਾ ਪਈ ਸੀ ਵਿੱਚ। ਮੈਂ ਆਖਿਆ ਚੱਲੇ ਦੀ ਆਉਂਦਾ ਓਕੇ ਓਕੇ ਗੁੱਦ ਗੁੱਦ। ਮੈਂ ਗੁੱਦ ਠੀਕ। ਉਹ ਭਾਈ ਯਾਰ ਪਿਛਲੇ ਪੂਵੇ 'ਚ ਨਾ ਸਾਈਕਲ ਵੀ ਇੰਨੇ 'ਚ ਨਾ ਠੇਲ ਵਾਲੀ ਸਾਈਕਲ ਵੀ ਨਾ ਉਹਨੇ ਬੱਸ ਵਿੱਚ ਰੱਖ ਲਿਆ। ਉਹ ਟਿਕਟ ਸ਼ਿਕਟ ਲੈਂਦਿਆਂ ਉਹਨੇ ਸਾਈਕਲ ਰੱਖ ਲਿਆ ਬੱਸ ਵਿੱਚ, ਅਤੇ ਬੱਸ ਵਿੱਚ ਬਹਿ ਕੇ ਮੁੜੇ ਵੀ ਨਾਲ ਮੈਂ ਵੀ। ਅਤੇ ਆਖਿਆ ਚਲੋ ਬੜਾ ਕੰਮ ਹੋਇਆ, ਨਹੀਂ ਤਾਂ ਕਿੱਥੇ ਸਾਈਕਲ ਚਲਾ ਕੇ ਇੰਨਾ ਸਫ਼ਰ ਕਰਨਾ ਪੈਣਾ ਸੀ, ਹੁਣ ਸੌਖੇ ਤੁਰ ਜਾਣ ਦੇ। ਮੁੜਾ ਆਉਂਦਾ ਨਹੀਂ ਚੰਗਾ ਤਾਂ ਇਹ ਸੀ ਕਿ ਤੁਹਾਨੂੰ ਚਲਾ ਕੇ ਜਾਣਾ ਪੈਂਦਾ ਤਾਂ ਪਤਾ ਲੱਗਦਾ ਬਾਈ ਤੂੰ ਥੱਕਣਾ ਕਿ ਨਹੀਂ ਥੱਕਦਾ। ਤੂੰ ਆਉਂਦਾ ਹੁਣ ਮੈਂ ਠੀਕ ਹਾਂ ਵੱਲ ਹਾਂ, ਅਤੇ ਪਤਾ ਲੱਗਿਆ ਕਿ ਥੱਕਣਾ ਕਿ ਨਹੀਂ ਥੱਕਦਾ। ਸਟੇਸ਼ਨ ਤੱਕ ਚਲਾ ਕੇ ਜਾਣਾ ਸੀ ਸਾਈਕਲ, ਉਹ ਮੈਂ ਕਿਹਾ ਤੇਰੀ ਸਲਾਹ ਹੈ ਵਾ ਮੈਂ ਥੱਕਾਂ, ਚੰਗਾ ਨਹੀਂ ਹੋ ਗਿਆ ਵਾ ਬੱਸ ਦੇ ਵਿੱਚ ਹੁਣ ਸਾਈਕਲ ਰੱਖ ਲਿਆ ਸਕੂਨ ਨਾਲ ਅਸੀਂ ਸਟੇਸ਼ਨ 'ਤੇ ਤੁਰ ਜਾਂਦੇ। ਅਤੇ ਪਰ ਮੈਂ ਕਿਹਾ ਵਾ ਇੱਕ ਵਾਰੀ ਬੱਸ ਟੁਰ ਲੈਣ ਦੇ, ਬੱਸ ਖਲੋਤੀ ਇਹ ਨਾ ਹੋਇਆ, ਉਹ ਆਖੇ ਲਾਹ ਲੈ ਰੌਲਾ ਥੋੜ੍ਹਾ ਪਾਓ। ਫਿਰ ਉਹ ਬੜਾ ਸ਼ੁਕਰ ਹਾਸਾ ਬਣਿਆ ਅਤੇ ਜਨਾਬ ਬੱਸ ਤੁਰ ਪਈ, ਸਾਈਕਲ ਲੈ ਕੇ ਤੁਰ ਗਏ ਅਤੇ ਰਾਹ 'ਚ ਜਾ ਕੇ ਨਾ ਕਹਿੰਦੇ ਨੇ ਧਿਆਨ ਨਾਲ ਤੁਰ ਜੀ, ਤਾਂ ਜਿੱਥੇ ਤੈਨੂੰ ਆਖਿਓ ਨੇ ਨਾ ਬਈ ਸਾਈਕਲ ਲਾਹ ਥੱਲੇ ਅਤੇ ਲਾਹ ਲਈ। ਮੈਂ ਕਿਹਾ ਮੈਨੂੰ ਜ਼ਬਾਨ ਹੀ ਨਹੀਂ ਆਉਂਦੀ, ਮੈਨੂੰ ਕਿਹੜਾ ਸਮਝ ਆਉਣੀ ਹੈ ਕੀ ਪਿਆ ਆਖਦੇ ਨੇ। ਅਤੇ ਆਂਦੇ ਨੇ ਆਲਾ ਚਲੋ ਉਹਨਾਂ, ਫਿਰ ਕੋਈ ਰਾਹ 'ਚ ਲੈਣਾ ਸੀ ਉਹ ਲੈ ਗਿਆ। ਮੈਂ ਸਟੇਸ਼ਨ 'ਤੇ ਗਿਆ, ਸਾਈਕਲ ਲਾਈ, ਉਹ ਚਾਹ ਪਾਣੀ ਜੋ ਵੀ ਖਾਣ ਪੀਣ ਕੀਤਾ, ਤਾਂ ਜਨਾਬ ਇੰਨੀ ਟ੍ਰੇਨ ਦਾ ਟਾਈਮ ਹੋ ਗਿਆ, ਟ੍ਰੇਨ 'ਚ ਬੈਠਾ ਸਾਈਕਲ ਲੈ ਕੇ ਅਤੇ ਮੈਂ ਘਰ ਆ ਗਿਆ। ਸਾਈਕਲ ਤੁਹਾਨੂੰ ਮੈਂ ਬਹਾਨਾ, ਇਹ ਸਾਈਕਲ ਚੈੱਕ ਕਰੋ ਤੁਸੀਂ, ਇਹ ਉਹ ਸਾਈਕਲ ਹੈ, ਟ੍ਰੇਨ 'ਚ ਵੀ ਰੱਖੀ, ਘਰ ਵੀ ਲੈ ਕੇ ਆਇਆ, ਆ ਕੇ ਉਹਨੂੰ ਰੱਖ ਲਿਆ ਵੇ। ਠੀਕ। ਗੱਲ ਕਰਨ ਦਾ ਮਕਸਦ ਹੈ ਵੇ ਸਾਰੀ ਆ ਜਿਹੜੀ ਗੱਲ ਤੁਹਾਨੂੰ ਸੁਣਾਈ ਹੈ ਨਾ, ਸਟੋਰੀ ਸੁਣਾਈ ਹੈ, ਇਹਦੇ ਇੱਕ ਮਕਸਦ ਸੀ ਤਾਂ ਇਹ ਸਟੋਰੀ ਬਣਾਈ ਹੈ, ਤਾਂ ਤੁਹਾਨੂੰ ਗੱਲ ਹਕੀਕਤ ਗੱਲ ਸੁਣਾਈ ਹੈ ਕਿ ਕੋਈ ਵੀ ਕੰਮ ਹੈ ਨਾ ਤੁਸੀਂ ਉਹਦੇ 'ਚ ਆ ਜਿਹੜੀ ਨਹੀਂ ਹੈ ਨਾ, ਇਹਨੂੰ ਥੋੜ੍ਹਾ ਜਿਹਾ ਸਾਈਡ 'ਤੇ ਰੱਖਿਆ ਕਰੋ, ਮਿਹਰਬਾਨੀ ਕਰਕੇ ਕੋਸ਼ਿਸ਼ ਕਰਿਆ ਕਰੋ। ਕੋਸ਼ਿਸ਼ ਕੀਤਿਆਂ ਕੰਮ ਹੋ ਜਾਂਦਾ। ਇਹ ਜਿਹੜੇ ਤਰੇ ਚਾਰ ਸਿਰ ਦਾ ਪੰਜ ਸਿਰ ਦਾ ਸਿਰ ਲੈ ਕੇ ਨਹੀਂ ਨਹੀਂ ਕਰਨ ਵਾਲੇ ਨਾ, ਇਹਨਾਂ ਤੋਂ ਮੈਨੂੰ ਬੜੀ ਲੜਦੀ। ਇਹ ਜਿਹੜੀ ਨਹੀਂ ਨਹੀਂ ਕਰਦੇ ਹੋ ਨਾ, ਇਹ ਨਹੀਂ ਜਿਹੜੀ ਹੈ ਤੁਹਾਡੀ ਨਾਕਾਮੀ ਦੀ ਇਲਾਮਤ ਹੈ। ਤੁਸੀਂ ਨਾਕਾਮ ਤਾਂ ਵਾਸਤੇ ਹੁੰਦੇ ਹੋ ਜਦੋਂ ਤੁਸੀਂ ਕੋਸ਼ਿਸ਼ ਨਹੀਂ ਕਰਦੇ, ਬੁਜ਼ਦਲੇ ਬਣ ਜਾਂਦੇ ਹੋ, ਦਿਲ ਛੱਡ ਜਾਂਦੇ ਹੋ ਕਿ ਨਹੀਂ ਇਹ ਕੰਮ ਤਾਂ ਆਈ ਨਾਮੁਮਕਿਨ, ਨਾਮੁਮਕਿਨ ਨਹੀਂ, ਮੁਸ਼ਕਲ ਹੋ ਸਕਦਾ। ਕੋਸ਼ਿਸ਼ ਕਰਿਆ ਕਰੋ, ਜਿਹੜੀ ਵੀ ਸਟਰਗਲ ਕਰ ਰਹੇ ਹੋ ਤੁਸੀਂ, ਜਿਹੜੀ ਮਿਹਨਤ ਕਰ ਰਹੇ ਹੋ, ਜਿਸ ਕੈਟਾਗਰੀ 'ਤੇ ਵੀ ਕੰਮ ਕਰ ਰਹੇ ਹੋ, ਕੋਸ਼ਿਸ਼ ਕਰਿਆ ਕਰੋ। ਇਹ ਨਹੀਂ ਨਹੀਂ ਵਾਲਾ ਲਫ਼ਜ਼ ਜਾਂ ਨਹੀਂ ਨਹੀਂ ਵਾਲਾ ਜਿਹੜਾ ਨਾਲ ਖਲੋਤੇ ਹੁੰਦੇ ਨੇ, ਇਹਨੂੰ ਆਖਿਆ ਕਰੋ ਭਾਈ ਤੇਰੀ ਮਿਹਰਬਾਨੀ ਹੈ, ਤੂੰ ਜਾ ਮੈਂ ਨਹੀਂ ਨਹੀਂ ਛੱਡ ਮੈਂ ਕਰ ਲੈਂਦਾ। ਬਾਕੀ ਲਵ ਯੂ ਹੋ ਗਿਆ ਸਾਰਿਆਂ ਨੂੰ, ਅੱਲਾ ਹਾਫਿਜ਼। ਇਨਸ਼ਾਅੱਲਾ ਮਿਲਦੇ ਹਾਂ ਨਵੀਂ ਵੀਡੀਓ ਨਾਲ, ਅਤੇ ਉਮੀਦ ਕਰਨਾ ਕਿ ਤੁਹਾਨੂੰ ਅੱਜ ਦੀ ਵੀਡੀਓ 'ਚ ਕੁਝ ਸਬਕ ਮਿਲਿਆ ਹੋਵੇਗਾ। ਜੇ ਸਬਕ ਮਿਲਿਆ, ਵੀਡੀਓ ਅੱਛੀ ਲੱਗੀ ਹੈ, ਫਿਰ ਇੱਕ ਵਾਰੀ ਵੇਖੋ।